ਗੱਲ ਇਸ ਤਰ੍ਹਾਂ ਵੀ ਪਿੱਛੇ ਜੇ ਫੈਮਿਲੀ ਪਲੈਨਿੰਗ ਦਾ ਬੜਾ ਜ਼ੋਰ ਸੀਗਾ, ਪਿੰਡਾਂ ਦੇ ਵਿੱਚ ਕੈਂਪ ਲੱਗੇ ਹੋਏ ਸੀਗੇ, ਇੱਕ ਪਿੰਡ ਦੇ ਵਿੱਚ ਕੈਂਪ ਲੱਗਾ ਸੀ ਤੇ ਡਾਕਟਰ ਸਾਹਿਬ ਘਰ ਘਰ ਪੈਦਾਵਾਰ ਚੈੱਕਅਪ ਕਰਦੇ ਫਿਰਦੇ ਸੀ। ਇੱਕ ਡਾਕਟਰ ਸਾਹਿਬ ਘਰੇ ਚਲੇ ਗਏ ਤੇ ਅਗਲੀ ਜਿਹਾ ਬੰਦਾ ਮੱਥੇ ਲੱਗਾ ਬੈਠਾ, ਉਹਨੂੰ ਜਾ ਕੇ ਕਹਿੰਦੇ ਭਾਈ ਸਾਹਿਬ ਆਪਣੇ ਬੱਚੇ ਕਿੰਨੇ ਆ? ਕਹਿੰਦਾ ਜੀ 18 ਹੈ। ਕਹਿੰਦਾ ਕਿੰਨੇ? ਕਹਿੰਦਾ 18। ਕਹਿੰਦਾ ਤੇਰੀਆਂ ਜਨਾਨੀਆਂ ਕਿੰਨੀਆਂ? ਕਹਿੰਦਾ ਜੀ ਜਨਾਨੀ ਤਾਂ ਇੱਕੋ ਹੀ ਹੈ। ਕਹਿੰਦਾ ਵਿਆਹ ਹੋਏ ਨੂੰ ਕਿੰਨਾ ਚਿਰ ਹੋਇਆ? ਕਹਿੰਦਾ ਹਾਲ ਤਾਂ ਜੀ 9 ਸਾਲ ਹੀ ਹੋਏ ਆ, ਜਵਾਬੀ ਕਾਰਡ ਉਮਰ 1 ਸਾਲ 2 ਦੋ ਹੀ ਆਉਂਦੇ ਆ। ਡਾਕਟਰ ਹਾਨ ਹੋ ਗਿਆ ਵੀ ਅਮਲੀ ਜਿਹਾ ਬੰਦਾ ਵੀ ਕਿਵੇਂ ਬੱਚੇ ਪਾਲਦਾ ਹੋਊਗਾ? ਉਹਨੂੰ ਕਹਿੰਦੇ ਅਮਲੀਆ ਬੱਚੇ ਤੇਰੇ ਹੋ ਗਏ ਬਹੁਤ ਜ਼ਿਆਦੇ, ਮਹਿੰਗਾਈ ਦਾ ਸਮਾਂ, ਐਂ ਕਰ ਵੀ ਇਹਨੂੰ ਸ਼ਾਰਟਕਟ ਲਫ਼ਜ਼ਾਂ 'ਚ ਕਹਿੰਦੇ ਵੀ ਆਪਾਂ ਹੁਣ ਤੇਰਾ ਕਨੈਕਸ਼ਨ ਕਰ ਦਿੰਦੇ ਹਾਂ ਤੇ ਗਵਰਨਮੈਂਟ ਵੱਲੋਂ ਤੈਨੂੰ 200 ਰੁਪਇਆ ਇਨਾਮ ਮਿਲ ਜਾਊਗਾ। ਉਹ ਕਹਿੰਦੇ ਚਲੋ ਠੀਕ ਹੈ। 200 ਰੁਪਇਆ ਸੁਣ ਕੇ ਅਮਲੀ ਨੂੰ ਤਾਂ ਚੜ੍ਹ ਗਈਆਂ ਲਾਲੀਆਂ, ਉਹ ਕਹਿੰਦਾ ਜੀ ਛੇਤੀ ਕਰੋ। ਡਾਕਟਰ ਸਾਹਿਬ ਨੇ ਇਹਦਾ ਕਨੈਕਸ਼ਨ ਕਰ ਦਿੱਤਾ ਤੇ 200 ਰੁਪਇਆ ਉਹਨੂੰ ਇਨਾਮ ਦੇ ਦਿੱਤਾ। 200 ਰੁਪਇਆ ਲੈ ਕੇ 15 ਦਿਨ ਤਾਂ ਅਮਲੀ ਨੇ ਮੌਜ ਮੇਲਾ ਖੂਬ ਚਲਾਇਆ। ਜਦੋਂ ਮੁੱਕ ਗਏ ਪੈਸੇ, ਅਮਲੀ ਹੈਰਾਨ ਹੋ ਗਿਆ ਜੀ ਹੁਣ ਕੀ ਕਰੀਏ। ਉਹਦੇ ਦਿਮਾਗ 'ਚ ਇੱਕ ਗੱਲ ਆਈ, ਫਟਾਫਟ ਦਫ਼ਤਰ ਪਹੁੰਚ ਗਿਆ ਸਿੱਧਾ ਹੀ। ਕਹਿੰਦਾ ਡਾਕਟਰ ਸਾਹਿਬ ਮੈਂ ਇੱਕ ਤੁਹਾਡੇ ਨਾਲ ਰਾਇ ਲਾਉਣਾ ਆ। ਕਹਿੰਦੇ ਦੱਸ ਅਮਲੀਆ ਕੀ ਰਾਇ ਲਾਉਣਾ? ਵੀ ਕਹਿੰਦੇ ਅਗੇ ਤੁਸੀਂ ਮੇਰਾ ਕਨੈਕਸ਼ਨ ਕੱਟਿਆ ਤੇ ਮੈਨੂੰ 200 ਰੁਪਇਆ ਇਨਾਮ ਦਿੱਤਾ, ਹੁਣ ਕਹਿੰਦਾ ਮੈਨੂੰ ਰੁਪਇਆ 400 ਦੇ ਦਿਓ ਤੇ ਮੇਰਾ ਮੀਟਰ ਹੀ ਪੜ ਸਟੋ। ਆਪਾਂ ਉਹੀ ਗਾਣਾ ਸੁਣਾਉਣਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਬਈ ਅਮਲੀ ਦਾ ਨਸ਼ਾ ਟੁੱਟ ਜੇ ਤਾਂ ਉਹਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ। ਲਓ ਅਮਲੀ ਨੂੰ ਤੜਕੇ 4 ਵਜੇ ਦੇ ਘਰ ਵਾਲੀ ਜਗਾਉਂਦੀ ਵੀ ਅਮਲੀਆ ਉੱਠ ਕੁਝ ਕਰ। ਵੀ ਅਮਲੀ ਕਹਿੰਦਾ ਕਰਾਂ ਕਰਾਉਣਾ ਸੀ, ਮੇਰੇ ਤਾਂ ਸੱਤੋਂ ਮੁੱਕੇ ਪਏ, ਮੈਂ ਤੜਕੇ ਉੱਠ ਕੇ ਕਦੋਂ ਨਾਗਣੀ ਭਾਲ ਕੇ ਲਿਆਉਂਗਾ, ਫਿਰ ਕਿਤੇ ਦਿਹਾੜੀ ਨਾ ਪਾਜਾਊਂਗਾ ਆਪੇ ਕਮਾ ਲਿਆਉਂਗਾ। ਲਓ ਹੁਣ ਹਾਰੇ ਦਾ ਲਿਆ ਆਪਦੀ ਸਿਰਫ ਦੱਸਦਾ ਅਮਲੀ ਕੰਡ ਜਵਾਨੀ ਲੱਗਣ ਦੇ ਨਾਲ ਦੀ। ਫਿਰ ਉਹ ਤੇਰਾ ਗੌਰ ਨਾ ਸੁਣੋ ਵੀ ਅਮਲੀ ਕੀ ਕਹਿੰਦਾ ਤੇ ਅੱਗੋਂ ਅਮਲ ਕੀ ਕਹਿੰਦੀ ਹੈ। ਗੱਲ ਨਹੀਂ ਕੋਈ ਦੱਸਣ ਦਸਾਣ ਵਾਲੀ, ਸ਼ੀਸ਼ੇ ਬੋਤਲਾਂ ਭੰਨ ਕੇ ਚੂਰ ਕਰ ਗਏ ਤੇ ਬੱਤੀ ਲੈ ਗਏ ਰਾਤ ਜਗਾਈ। ਸ਼ੀਸ਼ੇ ਬੋਤਲਾਂ ਭੰਨ ਕੇ ਚੂਰ ਕਰ ਗਏ ਤੇ ਬੱਤੀ ਲੈ ਗਏ ਰਾਤ ਜਗਾਉਣ ਵਾਲੀ। ਕੱਲ ਰਾਤ ਬਾਸਪਤੀ ਦੇ ਚੌਲ ਲੈ ਗਏ, ਖੰਡ ਲੈ ਗਈ ਉੱਤੇ ਥੋੜਾ ਪਾਉਣ ਵਾਲੀ। ਖਾਣ ਵਾਸਤੇ ਬਾਸਪਤੀ ਦੇ ਚੌਲ ਲੈ ਗਏ ਤੇ ਖੰਡ ਲੈ ਗਈ ਉੱਤੇ ਥੋੜਾ ਪਾਉਣ ਵਾਲੀ। ਉਹ ਕੰਜਰ ਲੈ ਬਲਾਈਆਂ ਨੂੰ ਅੱਗ ਲਾ ਗਏ ਤੇ ਦਰੀ ਲੈ ਗਏ ਖਾਣ ਵਾਲੀ। ਮੇਰੇ ਦਿਲ ਉੱਤੇ ਇੱਕ ਸੱਟ ਲੱਗੀ ਜਿਹੜੀ ਕਦੇ ਨੀ ਦਿਲੋਂ ਪੁਰਾਣ ਵਾਲੀ। ਉਹ ਕੋਈ ਤਮੰਦਾ ਕੰਮ ਕਰ ਗਏ ਤੇ ਅੰਨ ਲੈ ਗਏ ਰੋਟੀ ਖਾਣ ਵਾਲੀ।
ਦਾ ਜਦੋਂ ਚੀਕਾਂ ਮੇਰੀ ਖਾਣਾ ਬੋਲਾ ਕੱਟੀ ਤੂੰ ਅੱਜ ਮਰ ਛੱਡ ਨੀ ਅਵਰੀ ਬਾਕੀ ਮਾਰ ਗਿਆ ਅੰਮ੍ਰਿਤ ਮਾਰ ਅੱਜ ਪਿੰਡ ਮਾਰ ਗਿਆ ਅੰਮ੍ਰਿਤ ਮਾਰ ਅੱਜ ਪਿੰਡ ਮਾਰ